ਸਤਿ ਸ਼੍ਰੀ ਅਕਾਲ ਭਾਅ ਜੀ ਸਾਰਿਆਂ ਨੂੰ। ਆਪਾਂ ਹੈਗੇ ਦੁਬਈ ਹੈ ਇਸ ਵੇਲੇ UAE। ਇਹ ਦੇਖੋ ਜੀ ਜਿੰਨੀਆਂ ਵੀ ਕਾਰਾਂ ਲੱਗੀਆਂ ਇਹ ਪੇਡ ਪਾਰਕਿੰਗ ਆ, ਅਤੇ ਪਾਰਕਿੰਗ ਦੀ ਆਪਾਂ ਪਰਚੀ ਇਸ ਤਰ੍ਹਾਂ ਲੈਣੀ ਆ। ਦੇਖੋ ਠੀਕ ਹੈ ਜੀ, ਇਹ ਹੋ ਗਿਆ ਸਾਡੀ ਕਾਰ ਦਾ ਨੰਬਰ, ਠੀਕ ਹੈ ਜੀ, ਕਨਫਰਮ ਹੋ ਗਿਆ। ਠੀਕ ਹੈ ਜੀ, ਹੁਣ ਉਹਨਾਂ ਨੇ ਦੱਸਿਆ 1 ਘੰਟੇ ਵਾਸਤੇ, 2 ਘੰਟੇ ਵਾਸਤੇ। ਆਪਾਂ ਕਿੰਨੇ ਘੰਟੇ ਲਈ ਭਾਅ ਜੀ ਪਾਰਕਿੰਗ? 1 ਘੰਟੇ ਲਈ ਲਈ ਜੀ ਆਪਾਂ ਪਾਰਕਿੰਗ। ਮੋਡ ਆਫ ਪੇਮੈਂਟ ਅਸੀਂ ਕੋਇਨਸ ਪਾਉਣੇ ਸਾਡੇ ਕੋਲ ਕੋਇਨਸ, ਹਾਂਜੀ ਕੋਇਨਸ ਆ ਜੀ, ਇੱਕ ਦਰਾਮ ਪਾਇਆ, ਇੱਕ ਦਰਾਮ ਚਲਾ ਗਿਆ, 2 ਦਰਾਮ ਹੋ ਗਿਆ। ਠੀਕ ਹੈ ਜੀ, ਇਹ ਹੁਣ ਇਹ 'ਚ ਪਰਚੀ ਵੀ ਲੈ ਸਕਦੇ ਹਾਂ ਆਪਾਂ, ਅਤੇ ਔਨਲਾਈਨ ਵੀ ਕਰ ਸਕਦੇ ਹਾਂ, ਬਟ ਆਪਾਂ ਪਰਚੀ ਲੈਣ ਦੀ ਕੋਸ਼ਿਸ਼ ਕਰਾਂਗੇ। ਆਪਾਂ ਫਿਰ ਤੁਹਾਨੂੰ ਲੈ ਲਈ ਪਰਚੀ ਆਪਾਂ ਔਨਲਾਈਨ ਹੀ ਕਰ ਦਿੱਤਾ ਆ। ਠੀਕ ਹੈ ਭਾਅ ਜੀ, ਬਾਕੀ ਆਪਾਂ ਪਰਚੀ ਵਾਲੀ ਅਗਲੀ ਵੀਡੀਓ ਕਰਾਵਾਂਗੇ, ਬਾਕੀ ਤੁਹਾਨੂੰ ਹੋਰ ਵੀ ਦਿਖਾਵਾਂਗੇ। ਇੱਥੇ ਦਾ ਰੂਲ, ਪਾਰਕਿੰਗ ਦੇ ਰੂਲ ਬਹੁਤ ਜ਼ਿਆਦਾ ਸਖਤ ਆ ਦੁਬਈ ਦੇ ਵਿੱਚ। ਤਾਂ ਦੇਖੋ ਸਾਰੀਆਂ ਕਿੱਦਾਂ ਇੱਕ ਸਾਰ ਗੱਡੀਆਂ ਲੱਗੀਆਂ, ਵਧੀਆ ਤਰੀਕੇ ਨਾਲ ਵਿਲ ਮੈਨੇਜ ਕੀਤਾ ਹੋਇਆ ਸਾਰਾ। ਇਹ ਹੈਗੀ ਜੀ ਗੋਲਡ ਮਾਰਕੀਟ, ਠੀਕ ਹੈ ਜੀ, ਹਾਂਜੀ, ਅਤੇ ਸਾਰੀਆਂ ਵਧੀਆ ਤਰੀਕੇ ਨਾਲ ਗੱਡੀਆਂ ਪਾਰਕ ਕੀਤੀਆਂ ਹੋਈਆਂ, ਇੱਥੇ ਕੋਈ ਵੀ ਇੱਦਾਂ ਨਹੀਂ ਹੈਗਾ। ਹਾਂਜੀ, ਆਹ ਦੇਖੋ ਜੀ ਅਸੀਂ ਹੁਣ ਜਾ ਰਹੇ ਹਾਂ ਯੂਰਪ ਵਾਂਗੂ, ਅਤੇ ਇਹਨੇ ਗੱਡੀ ਨੂੰ ਆਟੋਮੈਟਿਕ ਰੁਕ ਜਾਣਾ ਆਪਣੇ ਆਪ ਹੀ। ਇਹ ਨਹੀਂ ਹੈਗਾ ਵੀ ਆਪਣੇ ਪੰਜਾਬ ਇੰਡੀਆ ਵਾਂਗੂ ਵੀ ਪਹਿਲਾਂ ਗੱਡੀ ਲੰਘੂਗੀ ਬੰਦੇ ਨੂੰ ਟੱਕਰ ਮਾਰ ਕੇ। ਬਾਕੀ ਮੁਲਕ ਸਾਡਾ ਵੀ ਬਹੁਤ ਵਧੀਆ, ਇੱਦਾਂ ਦੀ ਗੱਲ ਨਹੀਂ, ਪਰ ਰੂਲ ਫੋਲੋ ਜੋ ਇੱਥੇ ਕਰਦੇ ਆ, ਦੁਨੀਆ 'ਚ ਕੋਈ ਨਹੀਂ ਇੰਨੇ ਰੂਲ ਫੋਲੋ ਕਰਦਾ ਹੋਊਗਾ। ਇਹ ਹੈਗੀ ਜੀ ਗੋਲਡ ਮਾਰਕੀਟ, ਆਪਣੇ ਰੂਲ ਆ।